ਕੀ ਨਾਮ ਤੁਹਾਡਾ? ਮੈਂ ਬਲਵਿੰਦਰ ਸਿੰਘ ਔਲਖ। ਅਤੇ ਮੈਨੂੰ ਬੜਾ ਮਾਣ ਹੈ ਕਿ ਮੈਂ ਬਲਵਿੰਦਰ ਸਿੰਘ ਸੇਖੋਂ ਜੀ ਦੇ ਨਾਲ ਬਹੁਤ ਗਹਿਰਾਈ ਨਾਲ ਜੁੜਿਆ ਹੋਇਆ, ਔਰ ਮੇਰੀਆਂ ਸ਼ਾਇਦ ਮੇਰੀਆਂ ਅਤੇ ਬਾਪੂ ਬਲਕੌਰ ਸਿੰਘ ਜੀ ਦੀਆਂ ਸਭ ਤੋਂ ਵੱਧ ਵੀਡੀਓਜ਼ ਸੇਖੋਂ ਸਾਹਿਬ ਦੇ ਨਾਲ ਨੇ, ਅਤੇ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਦੇ ਨਾਲ ਜੁੜੇ ਹੋਏ ਹਾਂ, ਔਰ ਅਸੀਂ ਉਹਨਾਂ ਨੂੰ ਬਿਹਤਰੀ ਨਾਲ ਜਾਣਦੇ ਵੀ ਹਾਂ। ਅਤੇ ਦੂਜੀ ਗੱਲ ਇਹ ਹੈ ਕਿ ਸੇਖੋਂ ਸਾਹਿਬ ਜੋ ਲੜਾਈ ਲੜ ਰਹੇ ਨੇ, ਆਪਾਂ ਸਾਰੇ ਉਹਨਾਂ ਦੇ ਨਾਲ, ਅਤੇ ਅਸੀਂ ਇਹ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ, ਜਿੱਥੋਂ ਤੱਕ ਵੀ ਲੜਨੀ ਪਈ ਲੜਾਂਗੇ। ਔਰ ਸੇਖੋਂ ਸਾਹਿਬ ਨੇ ਜੋ ਮੰਗਾਂ ਉਠਾਈਆਂ ਨੇ, ਜੋ ਗੱਲਾਂ ਕੀਤੀਆਂ ਨੇ, ਉਹ ਸਾਰੀਆਂ ਜਾਇਜ਼ ਨੇ, ਵਾਹਿਦ ਨੇ, ਅਤੇ ਅਸੀਂ ਉਹਨਾਂ ਨੂੰ ਪੂਰੀਆਂ ਕਰਾਂਗੇ। ਨਸ਼ੇ ਨੂੰ ਲੈ ਕੇ ਗੱਲ ਕੀਤੀ ਜਾਵੇ, ਹਰ ਸਰਕਾਰ ਦੇ ਵਾਅਦੇ ਰਹਿੰਦੇ ਕਿ ਨਸ਼ਾ ਖਤਮ ਕੀਤਾ ਜਾਏਗਾ, ਕਿਉਂ ਨਹੀਂ ਲਾਗੂ ਹੋ ਰਿਹਾ ਨਸ਼ਾ? ਦੇਖੋ ਜੀ, ਨਸ਼ਾ ਇੱਕ ਇੰਟਰਨੈਸ਼ਨਲ ਕਾਟਲ ਚਲਾਉਂਦਾ, ਆਪਾਂ ਵੀ ਜਾਣਦੇ ਹਾਂ। ਇੱਥੇ ਜਿਹੜੇ ਲੋਕ ਚਲਾ ਰਹੇ ਨੇ ਉਹ ਇੰਟਰਨੈਸ਼ਨਲ ਕਾਟਲ ਦਾ ਹਿੱਸਾ ਨੇ। ਮੈਂ ਸੇਖੋਂ ਸਾਹਿਬ ਨਾਲ ਇੱਕ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਪੰਜਾਬ ਦਾ ਕਾਟਲ ਹੈ ਨਾ, ਉਹ ਜਿਹੜੀ ਚਿੱਟੇ ਦੀ ਸਪਲਾਈ ਦੇ ਵਿੱਚ ਵਰਲਡ ਨੂੰ ਲੀਡ ਕਰ ਰਿਹਾ। ਔਰ ਮੈਂ ਸੇਖੋਂ ਸਾਹਿਬ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕਿਉਂਕਿ ਬਾਪੂ ਬਲਕੌਰ ਸਿੰਘ ਜੀ ਵੀ ਸੀਗੇ ਉਸ ਇੰਟਰਵਿਊ ਦੇ ਵਿੱਚ, ਔਰ ਬੜੀ ਚੱਲੀ ਸੀ ਉਹ ਇੰਟਰਵਿਊ। ਅਤੇ ਸੇਖੋਂ ਸਾਹਿਬ ਨੇ ਜਿਹੜੀਆਂ ਮੰਗਾਂ ਉਠਾਈਆਂ ਨੇ ਉਹ ਬਿਲਕੁਲ ਜਾਇਜ਼ ਨੇ, ਔਰ ਇਹ ਜਿਹੜੀ ਨਸ਼ਿਆਂ ਦੀ ਜਿਹੜੀ ਦਹਿਸ਼ਤ ਫੈਲੀ ਹੋਈ ਹੈ ਦੁਨੀਆ ਦੇ ਵਿੱਚ, ਘੋੜ ਫੈਲਿਆ ਹੋਇਆ, ਇਹ ਖਤਮ ਹੋਣਾ ਚਾਹੀਦਾ। ਆਪਾਂ ਵੀ ਇਹ ਚਾਹੁੰਦੇ ਹਾਂ, ਜਿਹੜਾ ਵੀ ਬੰਦਾ ਇਹਦੇ ਖਿਲਾਫ਼ ਆਵਾਜ਼ ਉਠਾਉਂਦਾ ਅਸੀਂ ਉਹਦੇ ਨਾਲ ਖੜੇ ਹਾਂ। ਪਰ ਇਹ ਇਕੱਲੇ ਨਸ਼ੇ ਹੀ ਨਹੀਂ ਹੈਗੇ ਜਿਨ੍ਹਾਂ ਦੇ ਖਿਲਾਫ਼ ਸੇਖੋਂ ਸਾਹਿਬ ਖੜੇ ਨੇ। ਸੇਖੋਂ ਸਾਹਿਬ ਦੀ ਲੜਾਈ ਬੇਸਿਕਲੀ ਸਰਕਾਰ ਨਾਲ ਆ, ਬੇਸਿਕਲੀ ਸਿਸਟਮ ਦੇ ਨਾਲ ਆ। ਸਿਸਟਮ ਅੰਦਰ ਤੱਕ ਗਰਕ ਹੋ ਗਿਆ ਹੋਇਆ, ਔਰ ਸਿਸਟਮ ਦੇ ਅੰਦਰ ਇੰਨੀ ਜ਼ਿਆਦਾ ਕਰਪਸ਼ਨ ਆ ਚੁੱਕੀ ਆ, ਉਹ ਇਕੱਲੇ ਅਦਾਲਤਾਂ ਨਾਲ ਹੀ ਨਹੀਂ ਲੜ ਰਹੇ, ਉਹ ਸਰਕਾਰ ਦੇ ਹਰ ਅੰਗ ਨਾਲ ਲੜ ਰਹੇ ਨੇ। ਦੇਖੋ, ਕਰਪਸ਼ਨ DC ਦਫ਼ਤਰ 'ਚ ਵੀ ਹੈ, ਕਰਪਸ਼ਨ SSP ਦਫ਼ਤਰ ਵਿੱਚ ਵੀ ਹੈ, ਸਾਰੇ ਪੋਲੀਟੀਸ਼ੀਅਨ ਕਰਪਟ ਨੇ, ਸਾਰੀ ਬੁਰਜਵਾਜੀ, ਫਰਾਂਸੀਸੀ ਭਾਸ਼ਾ ਦਾ ਸ਼ਬਦ ਆ ਬੁਰਜਵਾਜੀ, ਸਾਰੀ ਬੁਰਜਵਾਜੀ ਕਰਪਟ ਹੈ। ਔਰ ਬੁਰਜਵਾਜੀ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰ ਵਿੱਚ ਬੈਠੀ ਹੁੰਦੀ ਹੈ, ਬੁਰਜਵਾਜੀ ਸਰਕਾਰ ਤੋਂ ਬਾਹਰ ਵੀ ਹੁੰਦੀ ਹੈ। ਇਹ ਕਾਰਪੋਰੇਟ ਘਰਾਣੇ ਵੀ ਬੁਰਜਵਾਜੀ ਵਿੱਚ ਆਉਂਦੇ ਨੇ, ਇਹ ਜਿਹੜੇ ਧਾਰਮਿਕ ਪ੍ਰਚਾਰਕ ਨੇ ਇਹ ਵੀ ਬੁਰਜਵਾਜੀ ਦੇ ਵਿੱਚ ਆਉਂਦੇ ਨੇ, ਔਰ ਬੁਰਜਵਾਜੀ ਹੀ ਸਾਰੀ ਕਰਪਟ ਆ ਬੇੜਾ ਗਰਕ ਕਰ ਰਹੀ ਹੈ, ਔਰ ਆਮ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ। ਔਰ ਸੇਖੋਂ ਸਾਹਿਬ ਆਮ ਲੋਕਾਂ ਦੇ ਖਾਤਰ ਲੜਨਾ ਚਾਹੁੰਦੇ ਨੇ, ਔਰ ਜਿਵੇਂ ਹੁਣ ਇੱਕ ਸੱਜਣ ਜੀ ਕਹਿ ਰਹੇ ਸੀ ਕਿ ਲੋਕਾਂ ਦਾ ਕਸੂਰ ਆ ਕਿ ਗੰਦੀਆਂ ਸਰਕਾਰਾਂ ਚੁਣਦਾ, ਲੋਕਾਂ ਦਾ ਕਦੇ ਕੋਈ ਕਸੂਰ ਨਹੀਂ ਹੁੰਦਾ। ਪੋਲੀਟੀਕਲ ਇਕਾਨਮੀ ਦਾ ਸਭ ਤੋਂ ਪਹਿਲਾ ਸਿਧਾਂਤ ਇਹ ਹੁੰਦਾ ਕਿ ਲੋਕ ਹਮੇਸ਼ਾ ਸਹੀ ਹੁੰਦੇ ਨੇ, ਔਰ ਸੇਖੋਂ ਸਾਹਿਬ ਇਹ ਗੱਲ ਨੂੰ ਸਮਝਦੇ ਨੇ। ਸੇਖੋਂ ਸਾਹਿਬ ਦੀ ਵੱਡੀ ਲੜਾਈ ਹੈ, ਔਰ ਉਹ ਲੜਾਈ ਦੇ ਉੱਤੇ ਹੀ ਕੇਂਦਰਿਤ ਕਰਨਾ, ਉਹ ਸਾਰੇ ਸਿਸਟਮ ਦੀ ਕਰਪਸ਼ਨ ਦੂਰ ਕਰਨਾ ਚਾਹੁੰਦੇ, ਇਕੱਲੀ ਅਦਾਲਤਾਂ ਦੀ ਕਰਪਸ਼ਨ ਨਹੀਂ। ਅਦਾਲਤਾਂ ਜਿਹੜੇ ਲਿਫਾਫੇ ਪਏ ਨੇ 5 ਸਾਲਾਂ ਤੋਂ ਬੰਦ ਕਿਉਂ ਪਏ ਨੇ? ਖੁੱਲ੍ਹਣੇ ਚਾਹੀਦੇ ਸੀ। ਔਰ ਅਗਰ ਉੱਥੇ ਅਦਾਲਤਾਂ ਵਿੱਚ ਲਿਫਾਫੇ ਬੰਦ ਪਏ ਨੇ ਤਾਂ ਸਰਕਾਰ ਕੋਲ ਤਾਂ ਉਹ ਖੁੱਲ੍ਹੀਆਂ ਫਾਈਲਾਂ ਨੇ ਨਾ, ਸਰਕਾਰ ਕਿਉਂ ਨਹੀਂ ਉਹਨਾਂ 'ਤੇ ਕਾਰਵਾਈ ਕਰਦੀ? ਸਰਕਾਰ ਵੀ ਕਾਰਵਾਈ ਨਹੀਂ ਕਰਦੀ, ਸਰਕਾਰ ਚਾਹੁੰਦੀ ਨਹੀਂ ਉਹਨਾਂ 'ਤੇ ਕਾਰਵਾਈ ਹੋਏ, ਇਹ ਸਾਰੇ ਘਿਓ ਖਿਚੜੀ ਨੇ। ਦੂਜੇ ਪਾਸੇ ਸੇਖੋਂ ਸਾਹਿਬ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ, ਉਹਨਾਂ ਨੂੰ ਪੜ੍ਹਾ ਦਿੱਤਾ ਗਿਆ ਅਦਾਲਤਾਂ ਦੇ ਨਾਲ, ਹੈ ਉਹਨਾਂ ਦੀ ਲੜਾਈ ਤਾਂ ਸਿਸਟਮ ਦੇ ਨਾਲ ਹੈ, ਸਰਕਾਰ ਦੇ ਨਾਲ ਆ। ਹੁਣ ਸਰਕਾਰ ਲਾਂਭੇ ਬੈਠੀ ਹੈ, ਸਰਕਾਰ ਕਹਿੰਦੀ ਹੈ ਜੀ ਸਾਨੂੰ ਤਾਂ ਪਤਾ ਨਹੀਂ ਉਹਦੇ ਜਾ ਕੇ ਟੱਕਰਾਂ ਮਾਰਦਾ ਪਿਆ ਅਦਾਲਤਾਂ ਨਾਲ, ਹਾਲਾਂਕਿ ਸੇਖੋਂ ਸਾਹਿਬ ਅਦਾਲਤਾਂ ਦੇ ਖਿਲਾਫ਼ ਨਹੀਂ ਹੈਗੇ। ਹੁਣ ਦੇਖੋ, ਮਾਂ ਬਾਪ ਨਾਲ ਵੀ ਝਗੜਾ ਹੁੰਦਾ ਹੈ ਨਾ ਸਾਡਾ, ਹੈ ਅਤੇ ਸੇਖੋਂ ਸਾਹਿਬ ਨੇ ਜੇ ਕੋਈ ਮੰਗ ਉਠਾ ਦਿੱਤੀ ਹੈ ਕਿ ਲਿਫਾਫੇ ਖੋਲ੍ਹੋ, ਤਾਂ ਕਿਹੜੀ ਵੱਡੀ ਮੰਗ ਸੀਗੀ ਉਹ, ਹੈ ਉਹਨਾਂ ਨੂੰ ਮੰਨਣਾ ਚਾਹੀਦਾ ਸੀ, ਲਿਫਾਫੇ ਖੋਲ੍ਹਣੇ ਚਾਹੀਦੇ। ਸੇਖੋਂ ਸਾਹਿਬ ਦਾ ਸੁਭਾਅ ਕਿਉਂ ਥੋੜ੍ਹਾ ਅਗਰੈਸਿਵ ਹੋ ਗਿਆ ਸੀ ਜਿਹੜੀ ਗੱਲ ਕੀਤੀ ਜਾਵੇ? ਦੇਖੋ ਜੀ, ਸੇਖੋਂ ਸਾਹਿਬ ਨੂੰ ਜਿੱਥੋਂ ਤੱਕ ਤਾਂ ਮੈਂ ਜਾਣਦਾ, ਉਹ ਨਿੱਕੀ ਨਿੱਕੀ ਗੱਲ ਨੋਟ ਕਰਦੇ ਨੇ। ਸਾਡੇ ਨਾਲ ਜਦੋਂ ਗੱਲ ਹੁੰਦੀ ਹੈ, ਮੈਂ ਅਸੀਂ ਕਰਦੇ ਹੁੰਦੇ ਹਾਂ ਆਪੋ 'ਚ ਸਲਾਹ ਵੀ ਗੱਲ ਵੀ ਕਰਦੇ ਹੁੰਦੇ ਹਾਂ ਕਿ ਸੇਖੋਂ ਸਾਹਿਬ ਨੂੰ ਕੋਈ ਵੀ ਨੁਕਤਾ ਕਿਤੋਂ ਮਿਲ ਜਾਂਦਾ। ਜਿਹੜਾ ਬੰਦਾ ਇੰਨਾ ਰਿਸੈਪਟਿਵ ਹੈ, ਉਹ ਅਗਰੈਸਿਵ ਹੋ ਜਾਏਗਾ। ਉਹ ਗੱਲ ਇਹ ਸੀਗੀ ਕਿ ਜੋ ਗੱਲਾਂ, ਜੋ ਗੁੱਸਾ ਉਹਨਾਂ ਦੇ ਅੰਦਰ ਭਰ ਰਿਹਾ ਸੀ, ਕਿਤੇ ਨਿਕਲ ਗਿਆ। ਜੇ ਕੋਈ ਵਾਧਾ ਘਾਟਾ ਸ਼ਬਦਾਂ ਦਾ ਹੋ ਵੀ ਗਿਆ, ਅਤੇ ਜਿਹੜੇ ਉਹ ਹਾਈ ਕੋਰਟਾਂ 'ਚ ਜੋ ਹਾਈਨੈਸ ਬੈਠੇ ਆ, ਉਹਨਾਂ ਨੂੰ ਇਗਨੋਰ ਕਰ ਦੇਣਾ ਚਾਹੀਦਾ ਸੀ। ਹੁਣ ਥੋੜ੍ਹੇ ਜਿਹੇ ਹਫ਼ਤਾ ਪਹਿਲਾਂ ਬੰਬੇ ਹਾਈ ਕੋਰਟ 'ਚ ਵੀ ਇੱਕ ਇਹੋ ਹੀ ਮਾਮਲਾ ਗਿਆ ਸੀ ਨਾ, ਹਾਈ ਕੋਰਟ ਦੀ ਸਰਕਾਰ ਕੋਰਟਾਂ ਦੀ ਮਾਣਹਾਨੀ ਦਾ, ਅਤੇ ਬੰਬੇ ਹਾਈ ਕੋਰਟ ਨੇ ਕਿਹਾ ਕਹਿੰਦਾ ਨਹੀਂ ਨਹੀਂ ਅਸੀਂ ਸੰਗਿਆਨ ਨਹੀਂ ਲਵਾਂਗੇ, ਹਾਈ ਕੋਰਟਾਂ ਦੇ ਖਿਲਾਫ਼ ਅਗਰ ਕੋਈ ਬੋਲਦਾ ਤਾਂ ਉਹਨੂੰ ਬੋਲਣ ਦਿਓ। ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੀ ਇੱਦਾਂ ਕਰ ਸਕਦੀ ਸੀ, ਇਹਨਾਂ ਨੂੰ ਵੀ ਜੇ ਕੋਈ ਵਾਧਾ ਘਾਟਾ ਹੋ ਗਿਆ ਸੀ ਤਾਂ ਜਾਣ ਦੇਣਾ ਚਾਹੀਦਾ ਸੀਗਾ। ਅਤੇ ਸੇਖੋਂ ਸਾਹਿਬ ਨੇ ਜੋ ਕਹਿ ਤਾ, ਸੇਖੋਂ ਸਾਹਿਬ ਗੱਲ ਤਾਂ ਸਹੀ ਕਹਿ ਰਿਹਾ ਨਾ ਕਿ ਡਰੱਗ ਦਾ ਮੈਨੇਜ ਖਤਮ ਹੋਣਾ ਚਾਹੀਦਾ, ਔਰ ਉਹ ਲਿਫਾਫੇ ਖੁੱਲ੍ਹਣੇ ਚਾਹੀਦੇ, ਇਹਦੇ 'ਚ ਬੁਰਾਈ ਕੀ ਹੈ? ਨਸ਼ਿਆਂ ਦੇ ਖਿਲਾਫ਼ ਬੋਲਣ ਵਾਲਿਆਂ ਨੂੰ ਸਰਕਾਰ ਹੈ ਜਿਹੜੀ ਟਾਰਗੇਟ ਕਰਦੀ ਹੈ। ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਾਂ, ਉਹਨਾਂ ਨੇ ਵੀ ਬੀਤੇ ਕੇ ਦਿਨ ਇਹੀ ਗੱਲ ਕੀਤੀ ਹੈ ਕਿ ਜਿਵੇਂ ਬਲਵਿੰਦਰ ਸੇਖੋਂ ਗੱਲ ਕਰਦੇ ਸੀ ਨਸ਼ਿਆਂ ਦੇ ਖਿਲਾਫ਼, ਉਹਨਾਂ ਨੂੰ ਚੁੱਕ ਕੇ ਅੰਦਰ ਕਰਤਾ, ਅਤੇ ਅੱਜ ਜੇ ਮੈਂ ਗੱਲ ਕਰ ਰਿਹਾ ਪੁਲਿਸ ਮੇਰੇ ਖਿਲਾਫ਼ ਹੋਈ ਹੈ, ਕਿਉਂ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ? ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੇ? ਦੇਖੋ, ਭਾਈ ਅੰਮ੍ਰਿਤਪਾਲ ਜੀ ਨੇ ਸੇਖੋਂ ਸਾਹਿਬ ਦੀ ਸਪੋਰਟ ਕੀਤੀ ਆ, ਆਪਾਂ ਜਾਣਦੇ ਹਾਂ ਸਾਰੇ, ਅਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਇੱਕ ਗੱਲ ਇਹ ਕਿ ਅੰਮ੍ਰਿਤਪਾਲ ਜੀ ਦੀ ਵਿਚਾਰਧਾਰਾ ਅਤੇ ਸੇਖੋਂ ਸਾਹਿਬ ਦੀ ਵਿਚਾਰਧਾਰਾ 'ਚ ਬੜਾ ਫਰਕ ਹੈ। ਸੇਖੋਂ ਸਾਹਿਬ ਟੋਟਲੀ ਸੈਕਿਊਲਰ ਬੰਦੇ ਨੇ, ਔਰ ਅੰਮ੍ਰਿਤਪਾਲ ਸਿੰਘ ਜੀ ਦੇ ਬਾਰੇ ਵਿੱਚ ਇਹ ਕਿਹਾ
ਅਤੇ ਸੇਖੋਂ ਸਾਹਿਬ ਦਾ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਨਾਲ ਕੋਈ ਸੰਬੰਧ ਨਹੀਂ ਹੈਗਾ, ਬਲਕਿ ਉਹ ਅੰਦਰ ਤੱਕ ਸੈਕੂਲਰ ਨੇ, ਉੱਥੇ ਜਾਤਾਂ ਪਾਤਾਂ ਧਰਮਾਂ ਦੇ ਹਿਸਾਬ ਦਾ ਕੋਈ ਸਵਾਲ ਨਹੀਂ ਹੈਗਾ। ਅਤੇ ਇਸ ਕਰਕੇ ਇਹ ਹੈ ਕਿ ਇਹ ਗੱਲਾਂ ਨੂੰ ਦੋਵਾਂ ਨੂੰ ਆਪੋ 'ਚ ਮੈਚ ਕੀਤਾ ਨਾ ਜਾਏ। ਦੂਜੀ ਗੱਲ ਇਹ ਹੈਗੀ ਆ ਕਿ ਬਾਕੀ ਅਸੀਂ ਅੰਮ੍ਰਿਤਪਾਲ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੇਖੋਂ ਸਾਹਿਬ ਦੇ ਹੱਕ 'ਚ ਆਵਾਜ਼ ਉਠਾਈ। ਹਾਂਜੀ, ਕੀ ਨਾਮ ਬਾਪੂ? ਮੇਰਾ ਨਾਮ ਜੀ ਬਲਕੌਰ ਸਿੰਘ ਗਿੱਲ ਹੈ। ਮੈਂ ਹਰਿਆਣੇ ਦਾ ਜੰਪਲ ਹਾਂ, ਪੁਰਾਣਾ ਜ਼ਿਲ੍ਹਾ ਹਿਸਾਰ ਹੈ, ਹੁਣ ਜ਼ਿਲ੍ਹਾ ਸਰਸਾ ਹੈ। ਪਰ ਮੈਂ ਪੰਜਾਬ 'ਚ ਨੌਕਰੀ ਕੀਤੀ ਹੈ ਆਬਕਾਰੀ ਅਤੇ ਕਰ ਵਿਭਾਗ ਦੇ ਵਿੱਚ। ਮੈਂ ਬਤੌਰ ਆਬਕਾਰੀ ਅਤੇ ਕਰ ਅਧਿਕਾਰੀ ਦੇ ਤੌਰ 'ਤੇ ਸੇਵਾ ਨਿਵਿਰਤ ਹੋ ਕੇ ਲੁਧਿਆਣੇ ਸ਼ਹਿਰ ਦੇ ਵਿੱਚ ਮੈਂ ਨਾ ਹੁਣ ਡੰਡਾ ਡੇਰਾ ਜਮਾਇਆ ਹੋਇਆ ਹੈ। ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜੀ। ਵੇਖੋ, ਇਹ ਬਲਵਿੰਦਰ ਸਿੰਘ ਆਪਾਂ ਅਕਸਰ ਉਹਨੂੰ ਕਹਿੰਦੇ ਨਹੀਂ ਸੈਂਟੀਮੈਂਟ ਰਹਿੰਦੇ ਨਾ, ਉਹ ਬੜਾ ਸੰਵੇਦਨਸ਼ੀਲ ਹੈ। ਉਹ ਕਿਸੇ ਦੁੱਖ ਨੂੰ ਵੇਖ ਕੇ ਕਹਿੰਦਾ ਯਾਰ ਇਹ ਦੁੱਖ ਹੋਣਾ ਨਹੀਂ ਚਾਹੀਦਾ, ਇਹ ਜੇ ਘਟੇ ਤਾਂ ਚੰਗਾ ਹੈ। ਸਰਕਾਰਾਂ ਹਮ ਯਾਦ ਰੱਖੋ, ਕੋਈ ਬੰਦਾ ਆਪਦੇ ਲਈ ਦੁੱਖ ਪੈਦਾ ਨਹੀਂ ਕਰਦਾ, ਤੁਹਾਡੇ ਦੁੱਖਾਂ ਦਾ ਕਾਰਨ ਏਜੰਸੀਆਂ ਨੇ, ਸਰਕਾਰਾਂ ਦੇ ਮਹਿਕਮੇ ਨੇ। ਵੱਡਾ ਅਧਿਕਾਰੀ, ਵੱਡਾ ਪੁਜਾਰੀ, ਵੱਡਾ ਦਰਬਾਰੀ ਅਤੇ ਵੱਡਾ ਰਾਜ ਦਰਬਾਰੀ, ਠੀਕ ਹੈ, ਇਹ ਬੰਦੇ ਤੁਹਾਡੀ ਸੱਤਾ ਦੇ ਉੱਤੇ ਕਬਜ਼ਾ ਰੱਖਦੇ ਨੇ ਅਤੇ ਤੁਹਾਨੂੰ ਹਿੰਦੂ ਸਿੱਖ ਮੁਸਲਮਾਨ ਬਣਾ ਕੇ ਲੜਾਉਂਦੇ ਨੇ ਅਤੇ ਮੱਥਾ ਟਿਕਵਾਈ ਜਾਂਦੇ ਨੇ, ਮੌਜਾਂ ਇਹ ਕਰਦੇ ਨੇ। ਵੇਖ, ਬਲਵਿੰਦਰ ਸਿੰਘ ਦੀ ਗੱਲ ਕਰੀਏ, ਨਸ਼ਿਆਂ ਨੂੰ ਕਹਿ ਸਕਦੇ ਹਾਂ ਕਿ ਖਿਲਾਫ਼ ਬੋਲਦੇ ਸੀ ਜਾਂ ਦੱਸਦੇ ਸੀ ਕੋਈ, ਪਰ ਸਰਕਾਰ ਜਿਹੜੀ ਆ ਨਸ਼ਾ ਦੇ ਖਿਲਾਫ਼ ਬੋਲਣ ਵਾਲਿਆਂ ਨੂੰ ਟਾਰਗੇਟ ਕਰ ਰਹੀ ਹੈ, ਕਰਨ ਵਾਲਿਆਂ ਨੂੰ ਨਹੀਂ ਕਰ। ਹਾਂ, ਬਤਾ ਗੱਲ ਇਹ ਹੈ ਵੀ ਨਸ਼ਾ ਬਹੁਤ ਵੱਡਾ ਇੱਕ ਕਾਰਪੋਰੇਟ ਸੈਕਟਰ ਹੈ ਬੇਟੇ, ਬਹੁਤ ਵੱਡਾ, ਔਰ ਇਹ 'ਚ ਬਹੁਤ ਵੱਡੀ ਚੋਰੀ ਹੈ। ਖਾਸ ਤੌਰ 'ਤੇ ਜਿਹੜਾ ਚਿੱਟਾ ਸ਼ਬਦ ਆਇਆ ਨਾ, ਵੇਖੋ ਪੰਜਾਬ ਦੇ ਵਿੱਚ ਕੋਈ ਬੰਦਾ ਚਿੱਟੇ ਨੂੰ ਚਿੱਟਾ ਨਹੀਂ ਕਹਿੰਦਾ, ਉਹ ਕੀ ਕਹਿੰਦਾ? ਸਫੈਦ। ਕਮਾਲ ਨਹੀਂ, ਕਿਸੇ ਨੂੰ ਪੁੱਛ ਲਓ ਆਖਣਗੇ ਸਫੈਦ ਆ, ਥੋੜ੍ਹੇ ਕੁੜਤਾ ਦਾ ਰੰਗ ਚਿੱਟਾ ਹੋਵੇ ਉਹਨੂੰ ਆਖਣਗੇ ਜੀ ਬੜਾ ਸਫੈਦ ਰੰਗ ਹੈ। ਹੈਂ, ਇਹਦੇ ਲਈ ਸਪੈਸ਼ਲ ਪੰਜਾਬੀ ਸ਼ਬਦ ਕਿਵੇਂ ਵਰਤਿਆ ਜਾਂਦਾ ਚਿੱਟਾ, ਤਾਂ ਕਿ ਲੋਕ ਕਦੇ ਸੋਚਣ ਹੀ ਨਾ ਵੀ ਇਹ ਚਿੱਟਾ ਕਿਹੜਾ ਰਸਾਇਣ ਹੈ। ਇਹ ਕੈਮੀਕਲ ਹੈ, ਸਭ ਤੋਂ ਸਸਤਾ, ਕੋਈ 400 ਰੁਪਏ ਕਿਲੋ ਦਾ, ਕੋਈ 500 ਰੁਪਏ ਕਿਲੋ ਦਾ, ਉਹ 5-4 ਨੂੰ ਮਿਲਾ ਕੇ ਅਤੇ ਕਰੋੜਾਂ ਰੁਪਏ ਕਿਲੋ ਦੇ ਹਿਸਾਬ ਨਾਲ ਵੇਚਦਾ। ਅਸਲ ਦੇ ਵਿੱਚ ਤਾਂ ਇਹ ਕੈਮੀਕਲ ਹੈ, ਤੁਹਾਨੂੰ ਟੀਕੇ ਨਾਲ ਵੀ ਨਜ਼ਰ ਪਾਇਆ ਜਾ ਸਕਦਾ, ਤੁਹਾਨੂੰ ਪੁੜੀ ਦੇ ਦਿਓ, ਮੂੰਹ ਦੇ ਵਿੱਚ ਗੋਲੀ ਧਰ ਲਓ, ਨਸ਼ਾ ਜਦੋਂ ਤੁਸੀਂ 2-4 ਵਾਰੀ ਇਹਨੂੰ ਲੈ ਲਿਆ ਤਾਂ ਇਹਦੇ ਆਦੀ ਹੋ ਜਾਓਗੇ, ਆਦੀ ਹੋਵੋਗੇ ਤਾਂ ਰੋਜ਼ ਮੰਗੋਗੇ, ਫਿਰ ਮਹਿੰਗਾ ਬਹੁਤ ਹੈ, ਫਿਰ ਘਰ ਦੀ ਜ਼ਮੀਨ ਧਰੋਗੇ, ਫਿਰ ਘਰ ਵੀ ਧਰੋਗੇ, ਫਿਰ ਹੋ ਸਕਦਾ ਬੇਬੇ ਦਾ ਗਲ ਵੀ ਘੁੱਟ ਦਿਓ, ਹੋ ਸਕਦਾ ਬਾਪੂ ਕੁਛ ਕਹੇ ਤਾਂ ਬਾਪੂ ਦਾ ਵੀ ਦਾੜੀ ਪੱਟ ਦਿਓ, ਜਿਹੜਾ ਵੀ ਬੰਦਾ ਤੁਹਾਡਾ ਵਿਰੋਧ ਕਰੂਗਾ ਤੁਸੀਂ ਉਹਦਾ ਗਲ ਘੁੱਟ ਦਿਓਗੇ। ਅਤੇ ਸਰਕਾਰਾਂ ਮੌਜ ਨਾਲ ਸੁੱਤੀਆਂ ਪਈਆਂ ਵਾ, ਅਤੇ ਮਰਦੇ ਆਪਣਾ ਕੀ ਲੈਂਦੇ ਆ? ਸਰਕਾਰਾਂ ਨੂੰ ਤੁਸੀਂ ਸ਼ਰਾਬੀ, ਕਬਾਬੀ, ਵਹਿਮੀ, ਭਰਮੀ, ਫਿਰਕਾ ਪ੍ਰਸਤ, ਜਾਤ ਪਾਤ ਨੂੰ ਮੰਨਣ ਵਾਲੇ ਬੰਦੇ ਚਾਹੀਦੇ ਹੋ, ਇਹਦੇ ਨਾਲ ਸਰਕਾਰ ਨੂੰ ਕੋਈ ਖਤਰਾ ਨਹੀਂ ਹੁੰਦਾ, ਇਸ ਕਰਕੇ ਨਸ਼ੇ ਪਾਏ ਜਾਂਦੇ ਅਤੇ ਅਸੀਂ ਉਹਦਾ ਸ਼ਿਕਾਰ ਹੋ ਜਾਂਦੇ। ਬੀਤੇ ਦਿਨ ਭਾਈ ਅੰਮ੍ਰਿਤਪਾਲ ਸਿੰਘ ਵੀ ਬਲਵਿੰਦਰ ਸਿੱਖਾਂ ਦੀ ਸਪੋਰਟ ਦੇ ਵਿੱਚ ਆਏ ਆ, ਬਹੁਤ ਅੱਛੀ ਗੱਲ। ਦਾ ਕਹਿਣਾ ਹੈ ਕਿ ਇਹਨਾਂ ਨੂੰ ਵੀ ਜਿਵੇਂ ਨਸ਼ੇ ਦੇ ਖਿਲਾਫ਼ ਬੋਲਦੇ ਸੀ ਸਰਕਾਰ ਨੇ ਅੰਦਰ ਕਰਵਾਤਾ, ਅਤੇ ਅੱਜ ਜੇ ਮੈਂ ਨਸ਼ੇ ਦੇ ਖਿਲਾਫ਼ ਹੋਇਆ ਤਾਂ ਸਰਕਾਰ ਕਿਤੇ ਵੀ ਮੈਨੂੰ ਟਾਰਗੇਟ ਕਰ ਰਹੀ ਹੈ? ਨਹੀਂ, ਦੇਖੋ ਮੇਰਾ, ਸਰਕਾਰ ਨੇ ਤਾਂ ਹਰੇਕ ਬੰਦਾ ਟਾਰਗੇਟ ਕਰਨਾ ਹੈ। ਵੇਖੋ, ਨਾ ਤਾਂ ਬਲਵਿੰਦਰ ਸਿੰਘ ਸਿੱਖੋਂ ਸਰਕਾਰ ਦੀ ਮਾਸੀ ਦਾ ਪੁੱਤ ਹੈ ਅਤੇ ਨਾ ਅੰਮ੍ਰਿਤਪਾਲ ਸਿੰਘ ਭੂਆ ਦਾ ਪੁੱਤ ਹੈ ਉਹਨਾਂ ਦੀ, ਠੀਕ ਹੈ ਨਾ। ਜੇ ਉਹ ਸਰਕਾਰ ਦੀ ਬਦਨੀਤੀ ਦੇ ਬਰਖਿਲਾਫ਼ ਬੋਲਦਾ, ਮੰਨ ਲਓ ਨਸ਼ੇ ਦੇ ਬਰਖਿਲਾਫ਼ ਅੰਮ੍ਰਿਤਪਾਲ ਸਿੰਘ ਬੋਲਦਾ, ਅਤੇ ਉਹ ਸਰਕਾਰ ਹੁਣ ਕਿਵੇਂ ਸਹਿਣ ਕਰੂਗੀ? ਬਲਵਿੰਦਰ ਸਿੰਘ ਸੇਖੋਂ ਬੋਲਦਾ ਅਤੇ ਸਰਕਾਰ ਕਿਵੇਂ ਸਹਿਣ ਕਰੂਗੀ? ਕਿਉਂਕਿ ਇਹਨੇ ਬਹੁਤ ਵੱਡਾ ਇਹ ਜਿਹਨੂੰ ਕਹਿੰਦੇ ਨਾ ਮਾਫੀਆ, ਇਸ ਗੱਲ 'ਤੇ ਲੱਗਿਆ ਹੋਇਆ, ਅਤੇ ਇਸ ਕਰਕੇ ਇਹ ਤਾਂ ਵਿਚਾਰੇ ਛੋਟੇ ਛੋਟੇ ਬੰਦੇ ਆ, ਅੰਮ੍ਰਿਤਪਾਲ ਸਿੰਘ ਕੀਚੇ ਛੋਟੇ ਜਿਹੇ ਬੰਦੇ ਆ। ਹੁਣ ਜਸਟਿਸ ਲਈ ਕੀ ਯਤਨ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ? ਦੇਖੋ ਬੇਟਾ, ਇਹਨੂੰ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ, ਅਸੀਂ ਕੋਈ ਨਾ ਡਲੇ ਨਹੀਂ ਮਾਰਦੇ ਫਿਰਦੇ, ਕੋਈ ਗਾਲਾਂ ਨਹੀਂ ਦਿੰਦੇ ਫਿਰਦੇ, ਅਸੀਂ ਕਹੀਏ ਜੀ ਜੁਡੀਸ਼ਰੀ ਐਂ ਆ, ਯੇ ਆ, ਉਹ ਇਹੋ ਜਿਹੇ ਲਫ਼ਜ਼ ਨਹੀਂ, ਅਸੀਂ ਕਾਨੂੰਨ ਨੂੰ ਕਾਨੂੰਨ ਨਾਲ ਸਿੱਧਾਂਗੇ, ਕਾਨੂੰਨ ਨੂੰ ਕਾਨੂੰਨ ਨਾਲ, ਕਾਨੂੰਨ ਦੀ ਮਰਿਆਦਾ ਵੀ ਰੱਖਾਂਗੇ, ਕਾਨੂੰਨ ਦੀ ਜਿਹੜੀ ਨੈਤਿਕਤਾ ਹੈ, ਮੋਰੈਲਿਟੀ ਹੈ, ਉਹ ਵੀ ਰੱਖਾਂਗੇ, ਅਤੇ ਜਿਹੜੀਆਂ ਕਾਨੂੰਨ ਦੀਆਂ ਟੁੱਚਰਬਾਜ਼ੀਆਂ ਉਹਨਾਂ ਦੀ ਪੁੱਛ ਵੀ ਫੜਾਂਗੇ, ਉਹਦੇ ਅਨੁਸਾਰ ਇਹਨਾਂ ਦੇ ਨਾਲ ਲੜਾਂਗੇ। ਕਿਉਂਕਿ ਬੜਾ ਇੱਕ ਸ਼ਬਦ ਹੈ ਕੰਟੈਂਪਟ ਆਫ ਕੋਰਟ, ਕਮਾਲ ਹੈ, ਕਦੇ ਕਹਿਣਗੇ ਕੰਟੈਂਪਟ ਆਫ ਕੋਰਟ ਹੋ ਗਈ, ਕਦੇ ਆਖਣਗੇ ਜੀ ਇਹ ਤਾਂ ਬਿਊਰੋਕ੍ਰੇਸੀ ਦੀ ਕੰਟੈਂਪਟ ਹੈ, ਕੱਲ੍ਹ ਨੂੰ ਆਖਣਗੇ ਜੀ ਲੋ ਇਹ ਤਾਂ ਪਾਰਲੀਮੈਂਟ ਦੀ ਕੰਟੈਂਪਟ ਹੈ, ਅਤੇ ਜਿਹੜਾ ਨਾਗਰਿਕ ਹੈ ਉਹਦੀ, ਜਿਹਨੇ ਸਾਰਾ ਕੁਛ ਇਹ ਬਣਾਇਆ। ਇਹ ਸਾਰੇ ਬੰਦੇ ਜਿਹੜਾ ਤਨਖਾਹ ਲੈਂਦਾ, ਇਹ ਪਬਲਿਕ ਸਰਵੈਂਟ ਹੈ, ਨਾਗਰਿਕ ਦਾ ਨੌਕਰ ਹੈ, ਅਤੇ ਇਹ ਬੰਦੇ ਤਾਂ ਨਾਗਰਿਕ ਦੀ ਬੇਇੱਜ਼ਤੀ ਕਰਦੇ ਆ ਨਾ, ਜਦੋਂ ਉਹਨੂੰ ਇਨਸਾਫ਼ ਨਹੀਂ ਦਿੰਦੇ,
ਜਦੋਂ ਉੱਚਾ ਬੋਲਦੇ ਆ, ਜਦੋਂ ਇਹ ਕਹਿੰਦੇ ਕਿ ਸਾਨੂੰ ਸਰ ਕਹੋ, ਜਨਾਬ ਕਹੋ, ਸਾਹਿਬ ਕਹੋ, ਹਜ਼ੂਰ ਕਹੋ, ਮੀ ਲੋਰਡ ਕਹੋ, ਮੇਰੇ ਅਨਦਾਤਾ ਕਹੋ, ਯੋਰ ਓਨਰ ਕਹੋ, ਹਿਜ ਐਕਸਲੈਂਸੀ ਕਹੋ, ਕਿਉਂ? ਇਹ ਵੱਡੀ ਮਾਂ ਦੇ ਪੁੱਤ ਨੇ, ਇਹ ਨੌਕਰ ਨੇ, ਨੌਕਰਾਂ ਨੂੰ ਸ਼ਬਦਾਂ ਨਾਲ ਨਹੀਂ ਬੁਲਾਇਆ ਜਾ ਸਕਦਾ। ਹਾਂ, ਇਹ ਨਾਗਰਿਕ ਨੂੰ ਕਹਿਣ ਵੀ ਸਰ ਮੈਂ ਤੁਹਾਡੀ ਕੀ ਕੰਮ ਆ ਸਕਦਾ, ਮੈਂ ਤੁਹਾਡੀ ਕੀ ਮਦਦ ਕਰ ਸਕਦਾ। ਨਾਗਰਿਕ ਨਾਗਰਿਕ, ਇਹ ਨੌਕਰ ਨੇ, ਇਹ ਆਪਣੇ ਆਪ ਨੂੰ ਸਭ ਬਦਲ ਰਿਹਾ ਕਹਿਣ, ਪਹਿਲੀ ਤਾਂ ਆਪਣੀ ਇਹ ਮਾਨਸਿਕਤਾ ਬਦਲ ਦੇਣ। ਜੇ ਨਹੀਂ ਬਦਲਦੇ ਲੋਕ ਬਦਲਾ ਦੇਣਗੇ। ਜੇ ਫਰਾਂਸ ਦੀ ਕ੍ਰਾਂਤੀ ਆ ਕੇ ਵਿੱਚੇ ਰਾਜਾ, ਵਿੱਚੇ ਰਾਣੀ, ਵਿੱਚੇ ਪੁਜਾਰੀ, ਵਿੱਚੇ ਵਪਾਰੀ, ਵੱਡੇ ਵੱਡੇ ਜਗੀਰਦਾਰ ਥਿਆਉਂਦੇ ਨਹੀਂ ਨਾ, ਇਵੇਂ ਜੇਕਰ ਇਹ ਵੀ ਨਹੀਂ ਥਿਆਉਣੇ ਕ੍ਰਾਂਤੀ ਦੇ ਮੂਹਰੇ, ਫਿਰ ਕੋਈ ਥਿਆਉਂਦਾ ਨਹੀਂ, ਭੱਜਿਆਂ ਨੂੰ ਰਾਹ ਨਹੀਂ ਮਿਲਦਾ। ਅਸੀਂ ਕੋਈ ਬਗਾਵਤਾਂ ਨਹੀਂ ਕਰਦੇ, ਜਦੋਂ ਨਾਗਰਿਕ ਉੱਠਦਾ ਤਾਂ ਕ੍ਰਾਂਤੀ ਕਰਦਾ। ਬਗਾਵਤਾਂ ਤਾਂ ਰਾਜ ਦਰਬਾਰ 'ਚ ਹੁੰਦੀਆਂ, ਯਾਦ ਰੱਖਿਓ, ਲੋਕ ਨਹੀਂ ਬਗਾਵਤ ਕਰਦੇ, ਇਹ ਰਾਜ ਦਰਬਾਰ ਦੀ ਬਗਾਵਤ ਨੂੰ ਲੋਕਾਂ 'ਤੇ ਠੋਸਦੇ ਆ, ਠੀਕ, ਕੋਈ ਨਹੀਂ ਦੱਸਦਾ। ਇਸ ਕਰਕੇ ਅਸੀਂ ਤਾਂ ਵਾਕਾਇਦਾ ਕਾਨੂੰਨੀ ਤੌਰ 'ਤੇ ਮਨੁੱਖਤਾ ਨੂੰ ਸਾਹਮਣੇ ਰੱਖ ਕੇ, ਭਾਈਚਾਰੇ ਨੂੰ ਸਾਹਮਣੇ ਰੱਖ ਕੇ, ਪੰਜਾਬੀਆਂ ਦੇ ਦਰਦ ਨੂੰ ਸਾਹਮਣੇ ਰੱਖ ਕੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਠੀਕ। ਹਾਂਜੀ ਮੈਮ, ਕੀ ਨਾਮ ਤੁਹਾਡਾ? ਮੇਰਾ ਨਾਮ ਸ਼ਿਵਪ੍ਰੀਤ ਸਿੰਘ। ਕੀ ਰਿਲੇਸ਼ਨ ਹੈ ਮੈਮ ਤੁਹਾਡਾ? ਮੇਰੇ ਪਾਪਾ ਨੇ ਬਲਵਿੰਦਰ ਸਿੰਘ। ਕੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਕੀ ਮੋਟਿਵ ਕਾਨਫਰੰਸ ਕਰਨ ਦਾ? ਹਾਂਜੀ, ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਗਈ ਕਿਉਂਕਿ ਮੇਰੇ ਪਾਪਾ ਦੀ ਆਵਾਜ਼ ਜੋ ਕਿ ਜਿਸ ਪਿੱਛੇ ਉਹ ਲੜ ਰਹੇ ਨੇ ਡਰੱਗਸ ਦੇ ਮੁੱਦੇ 'ਤੇ, ਜਿਹਦੇ ਕਰਕੇ ਹਾਈ ਕੋਰਟ ਵਿੱਚ ਜੋ ਪ੍ਰੋਸੀਡਿੰਗਸ ਹੋਈਆਂ, ਜਿਹਦੇ ਕਰਕੇ ਉਹ ਅੱਜ ਜੇਲ੍ਹ ਬੈਠੇ ਨੇ, ਇਸ ਕਰਕੇ ਆਪਾਂ ਉਹ ਆਵਾਜ਼ ਨੂੰ ਬੁਲੰਦ ਰੱਖਣ ਵਾਸਤੇ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਤਾਂ ਲੱਗਦਾ ਮੈਮ ਜਿਹੜੇ ਜਿਹੜੇ ਨਸ਼ਿਆਂ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ ਸਰਕਾਰ ਵੱਲੋਂ? ਹਾਂਜੀ, ਕਿਤੇ ਤਾਂ ਲੱਗਦਾ ਹੈਗਾ ਬਿਲਕੁਲ, ਕਿਉਂਕਿ ਉਹਨਾਂ ਨੇ ਇੱਕ ਬੜੇ ਕਲੀਅਰ ਪੁਆਇੰਟਸ ਜਿਹੜੇ ਹੈਗੇ ਆ ਆਪਣੇ ਸਾਹਮਣੇ ਲਿਆਉਂਦੇ ਗਏ ਨੇ। ਫਾਈਲਾਂ, ਰਿਪੋਰਟਾਂ ਨੂੰ ਖੋਲ੍ਹਣ ਦਾ ਜਿਹੜੀ ਕਿ 5 ਸਾਲਾਂ ਤੋਂ ਬੰਦ ਨੇ, ਉਹਨਾਂ ਬਾਰੇ ਕਿਹਾ ਗਿਆ ਹੈਗਾ ਕਿ ਉਹ ਖੋਲ੍ਹੀਆਂ ਕਿਉਂ ਨਹੀਂ ਗਈਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਉਹ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ, ਜਿਹੜੀ ਜਿੱਦਾਂ ਉਹਨਾਂ ਦੇ ਤਰੀਕੇ ਨੂੰ ਜ਼ਿਆਦਾ ਧਿਆਨ ਦੇ ਕੇ ਉਹਨਾਂ ਨੂੰ ਉਹਦੀ ਸਜ਼ਾ ਦਿੱਤੀ ਗਈ ਹੈ। ਤੁਹਾਡੇ ਫਾਦਰ ਸਾਹਿਬ ਦੇ ਨੇਚਰ ਦੀ ਗੱਲ ਕਰੀਏ, ਥੋੜ੍ਹਾ ਐਗਰੈਸਿਵ ਜਿਹੇ ਹੋ ਗਏ ਸੀ ਲਾਸਟ ਵੀਕ 'ਤੇ ਜੇ ਗੱਲ ਕੀਤੀ ਜਾਵੇ, ਤਾਂ ਉਹ ਕਿਉਂ ਗਿਆ, ਕੀ ਕਾਰਨ ਸੀ ਉਹਦਾ? ਦੇਖੋ ਜੀ, ਲੋਕ ਰੋਜ਼ ਮਰ ਰਹੇ ਨੇ, ਠੀਕ ਹੈ ਨਾ, ਇਹ ਕੋਈ ਸਾਡੀ ਘਰ ਦਾ ਮਾਮਲਾ ਨਹੀਂ ਹੈਗਾ ਗਾ ਕਿ ਜੇ ਸਾਡੇ ਘਰ ਆ ਕੇ ਸਾਨੂੰ ਕਿਸੇ ਦਾ ਸਾਡਾ ਨੁਕਸਾਨ ਸੀ ਤਾਂ ਸਾਡਾ ਆਪਣੇ ਉਹਦੇ 'ਤੇ ਉਹਨਾਂ ਨੇ ਐਗਰੈਸ਼ਨ ਕੀਤੀ ਹੈ। ਜਦੋਂ ਕੋਈ ਸੁਣਦਾ ਨਹੀਂ ਗਾ, 5 ਸਾਲ ਤੋਂ ਰਿਪੋਰਟਾਂ ਬੰਦ ਨੇ, ਲੋਕ ਬੱਚੇ ਮਰ ਰਹੇ ਨੇ, ਤਾਂ ਫਿਰ ਤੁਸੀਂ ਕੀ, ਜੇ ਆਵਾਜ਼ ਨਹੀਂ ਪਹੁੰਚ ਰਹੀ ਤਾਂ ਐਗਰੈਸ਼ਨ ਨਹੀਂ ਕਰੋਗੇ ਤੁਸੀਂ, ਠੀਕ ਹੈ ਨਾ? ਸੋ ਇਸ ਕਰਕੇ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਵੀ ਕਹਿਣਾ ਹੈ ਕਿ ਭਾਈ ਭਾਈ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਵੀ ਜਿਵੇਂ ਨਸ਼ੇ ਦੇ ਖਿਲਾਫ ਆਵਾਜ਼ ਚੁੱਕਦੇ ਸੀਗੇ, ਵੀ ਉਹਨਾਂ ਨੂੰ ਵੀ ਸਰਕਾਰ ਨੇ ਉਹਨਾਂ ਦੀ ਡਿਊਟੀ ਉੱਠਾ ਕੇ ਅੰਦਰ ਕਰਤਾ, ਅਤੇ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੇ ਲੜ ਰਿਹਾ ਅਤੇ ਅੱਜ ਸਰਕਾਰ ਵੀ ਮੇਰੇ ਪਿੱਛੇ ਪਈ ਹੈ, ਇੱਥੇ ਕੀ ਕਹੋਗੇ? ਇਹ ਤਾਂ ਇਹੀ ਤੁਸੀਂ ਪਹਿਲਾਂ ਕੁਐਸਚਨ ਇਹੀ ਕੀਤਾ ਸੀਗਾ ਕਿ ਹਾਂਜੀ ਉਹਨਾਂ ਨੇ ਉਹਦੇ ਬਾਰੇ ਗੱਲ ਕੀਤੀ, ਇਸ ਕਰਕੇ ਜਿੱਦਾਂ ਉਹਨਾਂ ਦਾ ਤਰੀਕਾ ਸੀਗਾ ਉਹ ਗੱਲ ਨੂੰ ਜ਼ਿਆਦਾ ਉਹਨਾਂ ਨੇ ਧਿਆਨ ਦੇ ਕੇ ਜਿਸ ਗੱਲ ਪਿੱਛੇ ਉਹ ਬੋਲੇ ਸੀਗੇ ਉਹਦਾ ਨਹੀਂ ਧਿਆਨ ਕੀਤਾ ਹੈਗਾ ਗਾ, ਠੀਕ ਹੈ ਨਾ? ਉਹ ਗੱਲ ਹੁਣ ਮਹੀਨਿਆਂ ਦੀ ਗੱਲ ਹੈਗੀ ਹੈ, ਜਿਹੜੇ ਕੰਟੈਂਪਟ ਵਿੱਚ ਉਹਨਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਹੈ, ਉਹਦੇ ਪਿੱਛੇ ਜੋ ਸੱਚ ਹੈ ਉਹਨਾਂ ਨੂੰ ਫਿਰ ਉਸ ਚੀਜ਼ ਦਾ ਆਨਸਰ ਦੇਣਾ ਪੈਣਾ। ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਵੱਲੋਂ? ਹਾਂਜੀ, ਪ੍ਰਸ਼ਾਸਨ ਵੱਲੋਂ ਕੀ ਮੰਗ ਕਰਦੇ ਹੋ ਤੁਸੀਂ? ਹਾਂਜੀ, ਅਸੀਂ ਤਾਂ ਜਸਟਿਸ, ਇਨਸਾਫ ਮੰਗਦੇ ਹਾਂ, ਠੀਕ ਹੈ, ਕਿ ਜੋ ਰਿਪੋਰਟਸ ਬੰਦ ਹੈਗੀਆਂ ਨੇ ਉਹਨਾਂ ਨੂੰ, ਉਹਨਾਂ 'ਤੇ ਇਨਵੈਸਟੀਗੇਸ਼ਨ ਕੀਤੀ ਜਾਵੇ, ਜੋ ਡੈਡ ਨੇ ਐਕਿਊਜੇਸ਼ਨਸ ਲਾਏ ਨੇ ਉਹਨਾਂ 'ਤੇ ਇਨਵੈਸਟੀਗੇਸ਼ਨ ਕੀਤੀ ਜਾਵੇ, ਆਵਾਜ਼ ਬੰਦ ਕਰਨ ਨਾਲੋਂ ਜੋ ਮੁੱਦੇ ਉਹਨਾਂ ਨੇ ਖੜੇ ਕੀਤੇ ਉਹਨਾਂ ਨੂੰ, ਉਹਨਾਂ 'ਚ ਤੁਸੀਂ ਡਿਟੇਲਸ ਵਿੱਚ ਜਾਓ, ਦੱਸੋ ਲੋਕਾਂ ਨੂੰ ਕਿ ਆਹ ਗੱਲ ਸੱਚ ਹੈ ਨਹੀਂ ਹੈ, ਸੱਚ ਦੱਸੋ। ਠੀਕ,